ਗੱਲ ਅੱਜ ਦੀ ਦੋਸਤੋ, ਅੱਜ ਦੀ ਗੱਲ ਬੀਤੇ ਦਿਨਾਂ ਵਿੱਚ ਸਰੀ ਤੇ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਵਾਪਰੀਆਂ ਬਹੁਤ ਦਰਦਨਾਕ ਘਟਨਾਵਾਂ। ਕੁਛ ਘਟਨਾਵਾਂ ਦਾ ਤੁਹਾਡੇ ਨਾਲ ਜ਼ਿਕਰ ਵੀ ਕਰਨਾ ਬਣਦਾ ਕਿ 27 ਦਸੰਬਰ ਦੀ ਰਾਤ 137 ਸਟਰੀਟ ਅਤੇ 90 ਐਵਨਿਊ ਦੇ ਨੇੜੇ ਪੁਲਿਸ ਨੂੰ ਸੂਚਨਾ ਮਿਲਦੀ ਆ। ਪੁਲਿਸ ਮੌਕੇ 'ਤੇ ਪਹੁੰਚਦੀ ਆ ਅਤੇ ਕਾਰ ਦੇ ਅੰਦਰ ਇੱਕ ਨੌਜਵਾਨ ਨੂੰ ਗੋਲੀਆਂ ਲੱਗੀਆਂ ਜਿਹਦੀ ਕਿ ਮੌਤ ਹੋ ਚੁੱਕੀ ਆ। ਪਤਾ ਲੱਗਦਾ ਕਿ 19 ਸਾਲਾਂ ਦਾ ਹਰਮਨ ਸਿੰਘ ਢੇਸੀ ਸੀ। ਇਹ ਤੋਂ ਅਗਲੇ ਦਿਨ ਸ਼ਾਮ ਟੀਕਲ ਵਿਲਸ ਨਾਂ ਦਾ 14 ਸਾਲਾਂ ਦਾ ਨੌਜਵਾਨ ਆਪਣੇ ਘਰ ਬਰਨਵੀ ਤੋਂ ਸਰੀ ਆਪਣੇ ਘਰਦਿਆਂ ਨੂੰ ਇਹ ਕਹਿ ਕੇ ਆਉਂਦਾ ਕਿ ਮੈਂ ਹੁਣੇ ਵਾਪਸ ਆਇਆ ਪਰ ਵਾਪਸ ਨਹੀਂ ਆਉਂਦਾ। ਅਣਪਛਾਤੇ ਵਿਅਕਤੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦਾ। ਉਹਦੀ ਮਾਂ ਨਿਊਜ਼ ਰਿਪੋਰਟਰ ਨੂੰ ਰੋ ਰੋ ਕੇ ਕਹਿੰਦੀ ਆ ਕਿ ਜੇਕਰ ਉਹ ਮੇਰੇ 14 ਸਾਲ ਦੇ ਮੁੰਡੇ ਨੂੰ ਮਾਰ ਗਿਆ ਤਾਂ ਹੁਣ ਮੈਨੂੰ ਵੀ ਮਾਰ ਦੇਣ। 6 ਜਨਵਰੀ ਤੜਕੇ 5 ਵਜੇ 161 ਸਟਰੀਟ 'ਤੇ 30th ਐਵਨਿਊ ਉੱਪਰ ਗੋਲੀ ਚੱਲਦੀ ਆ। 24 ਸਾਲਾ ਪੰਜਾਬੀ ਨੌਜਵਾਨ ਮਾਰਿਆ ਜਾਂਦਾ ਜਿਹਦਾ ਨਾਂ ਗੈਰੀ ਕੰਗ ਦੱਸਦੇ ਆ। ਇਹ ਤੋਂ ਅਗਲੇ ਦਿਨ ਰਿਚਮੰਡ 'ਚ ਇੱਕ ਸ਼ਾਮ 8 ਵਜੇ ਗੋਲੀ ਚੱਲਦੀ ਆ ਅਤੇ ਅਨੀਸ ਮੁਹੰਮਦ ਨਾਂ ਦਾ 29 ਸਾਲਾ ਨੌਜਵਾਨ ਮਾਰਿਆ ਜਾਂਦਾ। ਪੁਲਿਸ ਹਰ ਵਾਰ ਦੀ ਤਰ੍ਹਾਂ ਪ੍ਰੈਸ ਕਾਨਫਰੰਸ ਕਰਦੀ ਹੈ। ਇਸ ਪ੍ਰੈਸ ਕਾਨਫਰੰਸ ਤੋਂ 7 ਘੰਟੇ ਬਾਅਦ ਖਬਰ ਆਉਂਦੀ ਆ ਕਿ ਰਿਚਮੰਡ ਦੇ ਵਿੱਚ ਇੱਕ ਕੌਂਡੋ ਵਿੱਚ 28 ਸਾਲਾਂ ਦਾ ਪੰਜਾਬੀ ਗੱਭਰੂ ਮਾਰਿਆ ਜਿਸਦਾ ਨਾਂ ਦਿਲਰਾਜ ਜੌਲ ਸੀ। ਸਾਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੌਜਵਾਨਾਂ ਨੂੰ ਕੌਣ ਮਾਰ ਰਿਹਾ ਅਤੇ ਇਹਨਾਂ ਵਿੱਚੋਂ ਕਿਹੜਾ ਕਿਸੇ ਗੈਂਗ ਨਾਲ ਸੰਬੰਧਿਤ ਸੀ ਅਤੇ ਕਿਹੜਾ ਨਿਰਦੋਸ਼ ਮਾਰਿਆ ਗਿਆ। ਇਹ ਗੱਲ ਤਾਂ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ, ਪਰ ਸਾਨੂੰ ਇੰਨਾ ਜ਼ਰੂਰ ਪਤਾ ਕਿ ਇਹ ਸਾਰੇ ਆਪਣੀ ਭਰ ਜਵਾਨੀ ਵਿੱਚ ਮਾਰੇ ਜਾ ਚੁੱਕੇ ਆ ਅਤੇ ਇਹਨਾਂ ਦੇ ਘਰਦੇ ਇਹਨਾਂ ਲਈ ਰੋ ਰਹੇ ਆ, ਇਹਨਾਂ ਲਈ ਤੜਪ ਰਹੇ ਆ। ਪੁਲਿਸ ਕਹਿੰਦੀ ਹੈ ਇੱਥੇ ਬਹੁਤ ਸਾਰੇ ਗੈਂਗ ਨੇ, ਪਰ ਇੱਥੇ ਹਰ ਰੋਜ਼ ਮਿਹਨਤ ਕਰਨ ਵਾਲੇ ਮਾਪਿਆਂ ਨੂੰ ਜਾਂ ਸਾਨੂੰ ਇਹ ਗੈਂਗ ਨਜ਼ਰ ਨਹੀਂ ਆਉਂਦੇ, ਪਰ ਸਾਨੂੰ ਨਜ਼ਰ ਆਉਂਦੀਆਂ ਆਪਣੇ ਬੱਚਿਆਂ ਦੀਆਂ ਲਾਸ਼ਾਂ। ਲੋਕਾਂ ਵਿੱਚ ਸਹਿਮ ਆ ਕਿ ਕੱਲ੍ਹ ਨੂੰ ਕਿਹਦੇ ਘਰ ਬੁਰੀ ਖਬਰ ਆ ਜਾਣੀ ਆ, ਕਿਸੇ ਨੂੰ ਨਹੀਂ ਪਤਾ। ਅਸੀਂ ਪੰਜਾਬ ਤੋਂ ਕੈਨੇਡਾ ਸਿਰਫ ਇਸ ਕਰਕੇ ਆਏ ਸੀ ਕਿ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਲਈਏ। ਇਹ ਜੋ ਸਾਡੇ ਬੱਚਿਆਂ ਨਾਲ ਵਾਪਰ ਰਿਹਾ ਇਹ ਸ਼ਾਇਦ ਕਿਸੇ ਨੇ ਕਦੇ ਸੁਪਨੇ ਵਿੱਚ ਨਹੀਂ ਸੀ ਸੋਚਿਆ। ਪੁਲਿਸ ਦੱਸਦੀ ਆ ਕਿ ਬਾਹਰਲੇ ਦੇਸ਼ਾਂ ਤੋਂ ਨਸ਼ਾ ਕੈਨੇਡਾ ਦੇ ਵਿੱਚ ਆਉਂਦਾ ਅਤੇ ਉਹਦੇ ਵੰਡ ਵਡਈਏ ਨੂੰ ਲੈ ਕੇ ਲੜਾਈਆਂ ਹੁੰਦੀਆਂ ਅਤੇ ਗੈਂਗ ਬਣਦੇ ਆ। ਸਾਨੂੰ ਹਰ ਕੈਨੇਡੀਅਨ ਦੀ ਮੌਤ ਦਾ ਦੁੱਖ ਆ, ਪਰ ਹਰ ਮੌਤ ਸਾਨੂੰ ਝੰਜੋੜਦੀ ਆ, ਪਰ ਸਾਡੇ ਭਾਈਚਾਰੇ ਦੇ ਸਾਡੇ ਮੁੰਡੇ ਇਹਨਾਂ ਦੀਆਂ ਮੌਤਾਂ ਸਾਡੇ ਸਾਹਮਣੇ ਕਈ ਸਵਾਲ ਖੜ੍ਹੇ ਕਰ ਦਿੰਦੀਆਂ। ਪੰਜਾਬ ਦੇ ਕਾਲੇ ਦੌਰ ਦੌਰਾਨ ਸਭ ਤੋਂ ਵੱਧ ਪੰਜਾਬੀ ਮਰੇ। ਦੂਜੇ ਨੰਬਰ 'ਚ ਫਿਲੀਪਾਈਨਸ ਵਿੱਚ ਵਿਆਜ ਅਤੇ ਪੈਸਾ ਦੇਣ ਕਾਰਨ ਸਭ ਤੋਂ ਵੱਧ ਪੰਜਾਬੀ ਗੋਲੀਆਂ ਦਾ ਸ਼ਿਕਾਰ ਹੋਏ, ਅਤੇ ਤੀਜੇ ਨੰਬਰ 'ਤੇ ਦੱਸਿਆ ਜਾ ਰਿਹਾ ਕਿ ਕੈਨੇਡਾ ਵਿੱਚ ਗੈਂਗ ਹਿੰਸਾ ਵਿੱਚ ਪੰਜਾਬੀ ਮਰ ਰਹੇ ਆ। ਪੰਜਾਬੀ ਕੈਨੇਡਾ ਦੀ ਵਸੋਂ ਦਾ ਲਗਭਗ 2% ਆ, ਪਰ ਗੈਂਗ ਹਿੰਸਾ ਵਿੱਚ ਮਰਨ ਵਾਲੇ ਪੰਜਾਬੀਆਂ ਦੀ ਗਿਣਤੀ 25% ਦੇ ਲਗਭਗ ਦੱਸੀ ਜਾਂਦੀ ਹੈ। ਪੰਜਾਬੀ ਗੈਂਗ ਕੈਨੇਡਾ ਵਿੱਚ ਆਰਗੇਨਾਈਜ਼ਡ ਕ੍ਰਾਈਮ ਵਿੱਚ 3rd ਨੰਬਰ ਉੱਪਰ ਨੇ, ਅਤੇ ਜਿਸ ਤਰ੍ਹਾਂ ਇਹ ਦਲਦਲ ਵਿੱਚ ਫਸ ਰਹੇ ਨੇ ਇਹ ਜਲਦੀ ਬਾਕੀਆਂ ਨੂੰ ਪਿੱਛੇ ਛੱਡ ਦੇਣਗੇ। ਕੈਨੇਡਾ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਵੈਨਕੂਵਰ ਵਿੱਚ ਆਏ। ਇਹ ਗੈਂਗ ਹਿੰਸਾ ਦਾ ਆਰੰਭ ਵੀ ਕੈਨੇਡਾ ਦੇ ਵਿੱਚ BC ਵੈਨਕੂਵਰ ਜਾਂ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਹੁੰਦਾ। ਇੱਥੇ ਜਿਹੜੇ ਬਜ਼ੁਰਗ ਰਹਿੰਦੇ ਉਹ ਦੱਸਦੇ ਆ ਕਿ 40 ਸਾਲ ਪਹਿਲਾਂ ਨਸ਼ੇ ਵੇਚਣ ਵਾਲਿਆਂ ਵਿੱਚ ਪੰਜਾਬੀਆਂ ਦਾ ਕਿਧਰੇ ਵੀ ਨਾਂ ਨਿਸ਼ਾਨ ਨਹੀਂ ਸੀ ਹੁੰਦਾ। 1980 ਵਿੱਚ ਪੰਜਾਬੀਆਂ ਦਾ ਨਾਂ ਇਸ ਕੰਮ ਵਿੱਚ ਆਉਣਾ ਸ਼ੁਰੂ ਹੁੰਦਾ। ਉਸ ਵੇਲੇ 3 ਨਾਂ ਸਾਹਮਣੇ ਆਉਂਦੇ ਆ, ਰੌਣ ਦਸਾਂਝ, ਜਿੰਮੀ ਦਸਾਂਝ ਅਤੇ ਬਿੰਦੀ ਜੌਲ। ਕਿਹਾ ਜਾਂਦਾ ਕਿ ਰੌਣ ਦਸਾਂਝ ਅਤੇ ਜਿੰਮੀ ਦਸਾਂਝ ਜਿਹੜੇ ਕਿ ਭਰਾ ਸਨ, ਬਿੰਦੀ ਜੌਲ ਇਹਨਾਂ ਦੇ ਨਾਲ ਗੈਂਗ ਵਿੱਚ ਕੰਮ ਕਰਦਾ ਸੀ। ਦਸਾਂਝ ਭਰਾਵਾਂ ਦੇ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਜਾਣ ਤੋਂ ਬਾਅਦ ਬਿੰਦੀ ਜੌਲ ਨੇ ਉਹਨਾਂ ਦਾ ਕਾਰੋਬਾਰ ਉੱਪਰ ਕਬਜ਼ਾ ਕਰ ਲਿਆ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਦਸਾਂਝ ਭਰਾਵਾਂ ਨੇ ਬਿੰਦੀ ਜੌਲ ਨੂੰ ਮਾਰਨਾ ਚਾਹਿਆ, ਪਰ ਉਲਟਾ ਬਿੰਦੀ ਜੌਲ ਨੇ ਫਰਵਰੀ 1994 ਵਿੱਚ ਜਿੰਮੀ ਦਸਾਂਝ ਅਤੇ ਅਪ੍ਰੈਲ 1994 ਵਿੱਚ ਰਣਜੀਤ ਸਾਂਝ ਨੂੰ ਮਰਵਾ ਦਿੱਤਾ। ਚਮਕ ਦਮਕ ਦੀ ਦੁਨੀਆ ਦੇਖ ਕੇ ਕਈ ਪੰਜਾਬੀ ਨੌਜਵਾਨ ਇਸ ਧੰਦੇ ਦੇ ਵਿੱਚ ਆਏ, ਪਰ ਹਰ ਗੈਂਗਸਟਰ ਵਾਂਗ ਮਾਰੇ ਗਏ। 4-5 ਸਾਲ ਇਸ ਕਾਲੀ ਦੁਨੀਆ ਉੱਪਰ ਰਾਜ ਕਰਨ ਤੋਂ ਬਾਅਦ ਬਿੰਦੀ ਜੌਲ ਵੀ ਦਸੰਬਰ 1998 ਨੂੰ ਇੱਕ ਨਾਈਟ ਕਲੱਬ ਵਿੱਚ ਮਾਰਿਆ ਗਿਆ। ਕਮਾਲ ਦੀ ਗੱਲ ਇਹ ਹੈ ਕਿ ਬਿੰਦੀ ਜੌਲ ਦੇ ਸਕੂਲ ਅਤੇ ਇਸੇ ਦੀ ਜਮਾਤ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਵੀ ਪੜ੍ਹਦਾ ਸੀ ਜਿਹੜਾ ਵੱਡਾ ਹੋ ਕੇ ਕੈਨੇਡਾ ਦੀ ਫੌਜ ਵਿੱਚ ਭਰਤੀ ਹੁੰਦਾ, 3 ਲੜਾਈਆਂ ਲੜਦਾ ਅਤੇ ਆਖਰ ਦੇਸ਼ ਦਾ ਰੱਖਿਆ ਮੰਤਰੀ ਬਣਦਾ। ਕੈਨੇਡਾ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਅਤੇ ਭੁਪਿੰਦਰ ਸਿੰਘ ਜੌਲ ਜਾਣੀ ਕਿ ਬਿੰਦੀ ਜੌਲ ਕਲਾਸਮੇਟ ਸੀ। ਕਦੇ ਨਾ ਲੜਾਈਆਂ ਦਾ ਕੇਂਦਰ ਵੈਨਕੂਵਰ ਬਣਦਾ, ਕਦੇ ਸਰੀ ਅਤੇ ਕਦੇ ਐਬਸਫੋਰਡ ਜਿਹਨੂੰ ਮਰਡਰ ਕੈਪੀਟਲ ਆਫ ਕੈਨੇਡਾ ਵੀ ਕਿਹਾ ਜਾਂਦਾ ਸੀ। ਐਬਸਫੋਰਡ ਬਾਰੇ ਇਹ ਵੀ ਪਤਾ ਲੱਗਦਾ ਕਿ ਪੁਲਿਸ ਇਹੋ ਜਿਹੇ 55 ਮੁੰਡਿਆਂ ਤੋਂ ਜਾਣੂ ਆ ਜਿਹੜੇ ਡਾਇਲੋ ਡੋਪ ਦਾ ਕੰਮ, ਜਾਣੀ ਕਿ ਕਿਸੇ ਨੂੰ ਫੋਨ ਕਰੋ ਅਤੇ ਫੋਨ ਦੇ ਉੱਤੇ ਪੂੜੀ ਡਿਲੀਵਰ ਕਰਨ ਦਾ ਕੰਮ ਕਰਦੇ ਆ। ਐਬਸਫੋਰਡ 'ਚ ਗੈਂਗਾਂ ਦੀ ਲੜਾਈ ਵੀ ਚੱਲਦੀ ਆ, ਰੈੱਡ ਸਕੋਰਪੀਅਨ ਗੈਂਗ, ਯੂਨਾਈਟਿਡ ਨੇਸ਼ਨਸ ਗੈਂਗ ਵਿਚਾਲੇ ਗੈਂਗ ਵਾਰ ਚੱਲਦੀ ਆ, ਕਿਹਨੇ ਕਿੱਥੇ ਮਾਲ ਵੇਚਣਾ ਇਹਦੇ ਪਿੱਛੇ ਗੋਲੀ ਚੱਲਦੀ ਆ। ਇਸ ਦਰਮਿਆਨ ਇੱਕ ਹੋਰ ਗਰੁੱਪ ਬ੍ਰਦਰ ਕੀਪਰ ਸਾਹਮਣੇ ਆਉਂਦਾ। ਐਬਸਫੋਰਡ ਤੋਂ ਬਾਹਰ ਸਰੀ, ਵੈਨਕੂਵਰ, ਲੈਂਗਲੀ, ਐਡਮਿੰਟਨ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪੰਜਾਬੀਆਂ ਦੇ ਕਤਲਾਂ ਦੀ ਜੜ੍ਹ ਕਿਤੇ ਨਾ ਕਿਤੇ ਐਬਸਫੋਰਡ ਨਾਲ ਜਾ ਜੁੜਦੀ ਆ। ਇਹ ਨਾਲ ਜੁੜੇ ਮੁੰਡੇ ਆਪਣੇ ਧੜੇ ਬਦਲਦੇ ਰਹਿੰਦੇ ਆ, ਜਦੋਂ ਕੋਈ ਧੜਾ ਬਦਲਦਾ ਜਾਂ ਆਪਣੇ ਨਾਲ ਦੇ ਮਰਵਾਉਂਦਾ ਤਾਂ ਉਹ ਸਿਰਫ ਪੁਰਾਣੇ ਧੜੇ ਵਾਲੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। BC ਕੰਬਾਈਂਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨੀਅਨ ਅਨੁਸਾਰ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ 200 ਦੇ ਕਰੀਬ ਗਰੁੱਪਸ ਕੰਮ ਕਰ ਰਹੇ ਆ।
ਬਹੁਤੇ ਕਿਸੇ ਵੱਡੇ ਗਰੁੱਪ ਨਾਲ ਸੰਬੰਧਿਤ ਨਹੀਂ, ਸਗੋਂ ਆਪਣੇ ਪੱਧਰ ਉੱਤੇ ਕੰਮ ਕਰ ਰਿਹਾ। ਇਸ ਵਿੱਚ ਫਸੇ ਨੌਜਵਾਨਾਂ ਦੀ ਅਸਲੀ ਗਿਣਤੀ ਕਿੰਨੀ ਹੈ ਇਹਦੇ ਬਾਰੇ ਕੋਈ ਵੀ ਗੱਲ ਨਹੀਂ ਕਿਹਾ ਜਾ ਸਕਦਾ। ਇੱਥੇ ਰੈੱਡ ਸਕੋਰਪੀਅਨ ਗੈਂਗ ਵੀ ਸੁਣਦੇ ਹਾਂ, ਯੂਨਾਈਟਿਡ ਨੇਸ਼ਨਸ ਗੈਂਗ ਵੀ ਆ, ਇੰਡੀਪੈਂਡੈਂਟ ਸੋਲਜੀਅਰਸ ਵੀ ਆ, ਹੈਲਜ਼ ਏਂਜਲਸ ਵੀ ਆ, ਢੱਕ ਦੂੜੇ ਵੀ ਆ, ਪੰਜਾਬੀ ਮਾਫੀਆ ਵੀ ਆ, ਵੋਲਫ ਪੈਕ ਵੀ ਆ, ਸੰਘੇੜਾ ਕ੍ਰਾਈਮ ਗਰੁੱਪ ਵੀ ਆ, ਮੱਲੀ ਬਟਰ ਕੋਲੇਸ਼ਨ ਵੀ ਆ, ਇੱਥੇ ਕੰਗ ਕ੍ਰਾਈਮ ਗਰੁੱਪ ਵੀ ਆ, ਅਤੇ ਪਤਾ ਨਹੀਂ ਹੋਰ ਕਿੰਨੇ ਕੁ ਗੈਂਗਸ ਆ ਇੱਥੇ। ਜੇ ਸਾਨੂੰ ਇਹਨਾਂ ਗੈਂਗਾਂ ਬਾਰੇ ਨਹੀਂ ਪਤਾ, ਜੇ ਸਾਡਾ ਕੋਈ ਇਹਦਾ ਸ਼ਿਕਾਰ ਨਹੀਂ ਹੋਇਆ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਠੀਕ ਠਾਕ ਆ। ਸੁਰਜੀਤ ਪਾਤਰ ਦੀਆਂ ਸਤਰਾਂ ਕਿ ਲੱਗੀ ਜੇ ਤੇਰੇ ਕਲੇਜੇ ਹੱਲੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।